ਦੇਖ ਕੇ ਰੂਹ ਖੁਸ਼ ਹੋਈ ਕਿ ਨਹੀਂ ਹੋਈ ਬਾਈ? ਹਾਂਜੀ ਹਾਂਜੀ ਬਾਈ, ਆ ਵੇਖੋ ਮੈਂ ਤਾਂ ਉਹ ਜ਼ਮੀਨ ਵੀ ਵੇਖੀ ਆ ਨਾ ਜਿਹੜੀ ਬਾਹਰ ਹੁੰਦਾ ਇਹ ਬਾਈ, ਕਹਿੰਦੇ ਇਹਦੇ ਨਾਲ ਹੀ ਖਿੱਚੀ ਦਾ ਸਾਰਾ ਕੰਮ। ਇਹ ਭਾਜੀ 1970 71 ਦੇ ਗੇੜ ਨੂੰ ਮਾਡਲ ਆ ਇਹ। ਅੱਛਾ ਜੀ। ਤੇ ਇਹ ਜਿੰਨਾ ਨਿੱਕਾ ਕਹਿ ਲਓ ਉਨਾ ਹੀ ਤਿੱਖਾ ਭਾਜੀ। ਅੱਛਾ ਜੀ। ਹਾਂ ਸਹਿਜ ਹੀ ਛੋਟਾ ਆ, ਬਾਕੀ ਸਾਰਾ ਕੰਮ ਵੱਡਿਆਂ ਵਾਲਾ ਹੀ ਹੈ। ਇਹਦੇ ਪੈਰੀ ਹੱਥ ਲਾ ਕੇ ਚੜੇ ਕਰੋ ਭਾਜੀ। ਪੈਰੀ ਹੱਥ ਨੀ ਟੈਰੀ ਹੱਥ ਲਾਉਣੇ ਪੈਣੇ ਇਹਦੇ ਤਾਂ। ਡੀਜ਼ਲ ਤੇ ਆ ਪਰ ਧੂੰਆਂ ਵੀ ਨੀ ਮਾਰਦਾ। ਇਹ ਬਾਈ ਇਹਦੇ ਸਾਨੂੰ ਟਾਇਰਾਂ ਟੂਰਾਂ ਬਾਰੇ ਵੀ ਜਾਣਕਾਰੀ ਦਿਓ, ਕਿਵੇਂ ਚੋੜੇ ਹੋ ਜਾਂਦੇ ਆ ਜਾਂ ਇਹਨਾਂ ਦਾ ਆਪਸੀ ਰਿਸ਼ਤੇ। ਤੇ ਹੁਣ ਜਦੋਂ ਇਹਨੂੰ ਸੈੱਟ ਪਿੱਟ ਕੀਤਾ ਥਾਂ ਨੂੰ, ਹਾਂਜੀ, ਇਹਦੇ ਲਈ ਮੈਂ ਹਾਇਰ ਕਰਕੇ ਕਰਾਹ ਲੈ ਕੇ ਆਇਆ ਸੀ ਇਹਦੇ ਨਾਲ। ਆ ਦੇਖੋ ਜੀ, ਅੱਜ ਆਹ ਟਰੈਕਟਰ ਦੀ ਜਾਣਕਾਰੀ ਦੇਣੀ ਆ ਤੁਹਾਨੂੰ। ਇਹ ਟਰੈਕਟਰ ਕਹੀਏ, ਇਹਨੂੰ ਟਰੈਕਟਰ ਹੀ ਕਹੀਏ, ਸੋ ਨਿਊਜ਼ੀਲੈਂਡ ਦੇ ਵਿੱਚ ਹੈ। ਕੁਬੋਟਾ 27100 4 ਵੀਲ ਡਰਾਈਵ 4x4 ਹੈ। ਸੋ ਬਾਈ ਜੀ ਆ ਸਿਮਰ ਬਾਈ, ਬਾਈ ਸਤਿ ਸ਼੍ਰੀ ਅਕਾਲ, ਠੀਕ ਹੋ ਜੀ ਸਾਰੇ? ਠੀਕ ਹੈ ਜੀ। ਤੇ ਇਹਨੂੰ ਦੇਖ ਕੇ ਰੂਹ ਖੁਸ਼ ਹੋਈ ਕਿ ਨਹੀਂ ਹੋਈ ਬਾਈ? ਹਾਂਜੀ ਹਾਂਜੀ ਬਾਈ, ਆ ਵੇਖੋ ਮੈਂ ਤਾਂ ਉਹ ਜ਼ਮੀਨ ਵੀ ਵੇਖੀ ਆ ਨਾ ਜਿਹੜੀ ਬਾਹਰ ਹੁੰਦਾ ਇਹ ਬਾਈ, ਕਹਿੰਦੇ ਇਹਦੇ ਨਾਲ ਹੀ ਖਿੱਚੀ ਦਾ ਸਾਰਾ ਕੰਮ। ਲਓ ਬਾਈ ਹੁਣ ਸਾਨੂੰ ਇਹਦੀ ਜਾਣਕਾਰੀ ਦੇ ਦਿਓ, ਪਹਿਲਾਂ ਕਿੰਨਾ ਮਾਡਲ ਟਰੈਕਟਰ ਹੈ ਜੀ? ਇਹ ਭਾਜੀ 1970 71 ਦੇ ਗੇੜ ਨੂੰ ਮਾਡਲ ਆ ਇਹ। ਅੱਛਾ ਜੀ। ਤੇ ਇਹ ਜਿੰਨਾ ਨਿੱਕਾ ਕਹਿ ਲਓ ਉਨਾ ਹੀ ਤਿੱਖਾ ਭਾਜੀ। ਅੱਛਾ ਜੀ। ਹਾਂ ਸਹਿਜ ਹੀ ਛੋਟਾ ਆ, ਬਾਕੀ ਸਾਰਾ ਕੰਮ ਵੱਡਿਆਂ ਵਾਲਾ ਹੀ ਹੈ। ਉਮਰ ਬਹੁਤ ਵੱਡੀ ਕਿ ਬਜ਼ੁਰਗ ਹੈ ਇਹ? ਇਹਦੇ ਪੈਰੀ ਹੱਥ ਲਾ ਕੇ ਚੜੇ ਕਰੋ ਭਾਜੀ। ਪੈਰੀ ਹੱਥ ਨੀ ਟੈਰੀ ਹੱਥ ਲਾਉਣੇ ਪੈਣੇ ਇਹਦੇ ਤਾਂ। ਤੇ ਬਾਈ ਸਾਨੂੰ ਕੰਮਾਂ ਨੂੰ ਆਉਂਦਾ ਤੇ ਮਗਰ ਰੂਟਰੀ ਪੈ ਜਾਂਦੀ ਹੈ ਭਾਜੀ। ਅੱਛਾ ਜੀ, ਰੂਟਰੀ ਆ ਅੰਦਰ ਖੜੀ ਆ। ਅੱਛਾ ਜੀ, ਫਾਲੇ ਵੀ ਪੈ ਜਾਂਦੇ ਆ? ਹਾਂਜੀ ਪੌਣੇ ਜਾਂਦੇ। ਹੁਣ ਜਦੋਂ ਇਹਨੂੰ ਸੈੱਟ ਪਿੱਟ ਕੀਤਾ ਥਾਂ ਨੂੰ, ਹਾਂਜੀ, ਇਹਦੇ ਲਈ ਮੈਂ ਹਾਇਰ ਕਰਕੇ ਕਰਾਹ ਲੈ ਕੇ ਆਇਆ ਸੀ ਇਹਦੇ ਨਾਲ। ਅੱਛਾ। ਹਾਂਜੀ, ਤੇ ਇਹਦੇ ਮਗਰ ਕਰਾਹ ਪਾ ਕੇ ਤਾਂ ਇਹਨੂੰ ਇੱਥੇ 4x4 ਹੈ ਜੀ ਇਹ? ਹਾਂਜੀ 4x4 ਹੈ ਜੀ ਇਹ। ਹਾਂ ਤੇ ਬਿਲਕੁਲ ਦੇਖੋ, ਲਿਫਟ ਤੇ ਟਰਾਲੀ ਵੀ ਪੈਂਦੀ ਆ, ਉਹ ਟਰਾਲੀ ਖੜੀ ਆ। ਤੇ ਬਾਈ ਕਿੰਨੇ ਸਿਲੰਡਰ ਹੈ ਜੀ ਇਹਦੇ? ਇਹ ਭਾਜੀ ਸਿੰਗਲ ਹੀ ਹੋਣਾ ਮੈਨੂੰ ਲੱਗਦਾ, ਇੱਕ ਸਿਲੰਡਰ ਹੀ ਹੈ। ਅੱਛਾ, ਤੇ ਸਪੀਡ ਕਿੰਨੀ ਕੁ ਹੈ ਜੀ? ਸਪੀਡ ਤੇ ਭਾਜੀ ਇਹਨੂੰ ਕਦੇ ਸੜਕ ਤੇ ਦੇਖਿਆ ਨਹੀਂ, ਪਰ ਤੀਜੇ ਗੇਅਰ ਤੇ ਹਾਈ ਚ ਤੋਰਾ ਬਹੁਤ ਹੈ ਇਹਦਾ। ਅੱਛਾ ਜੀ। ਹਾਂਜੀ, 3.25 ਘੰਟਾ ਇਹ ਆਈ ਥਿੰਕ ਚੱਲਿਆ ਹੋਇਆ ਸਾਰਾ ਇਹ। ਹਾਂਜੀ। ਇਹ ਕਿੱਥੋਂ ਲਿਆਂਦਾ ਸੀ ਬਾਈ? ਇਹ ਇੱਥੋਂ ਭਾਜੀ ਨਿਊਜ਼ੀਲੈਂਡ ਦੇ ਕਿਸੇ ਆਪਣੇ ਪੰਜਾਬੀ ਗਰੋਵਰ ਕੋਲ ਹੀ ਸੀਗਾ। ਅੱਛਾ। ਹਾਂਜੀ, ਤੇ ਕਿੰਨੇ ਕੁ ਦਾ ਮਿਲ ਗਿਆ ਬਾਈ ਜੀ? ਇਹ ਭਾਜੀ ਤਾਂ ਮਿਲ ਗਿਆ ਸੀ ਆਪਾਂ ਨੂੰ $6,000 ਦੇ। ਅੱਛਾ, $6,000 ਦਾ। ਹਾਂਜੀ, ਸੋ ਵਧੀਆ ਬਹੁਤ ਹੈ ਬਾਈ ਇਹ, ਕਾਫੀ ਮਿਲ ਕੇ 1976-77 6,000 ਦਾ ਲਿਆਂਦਾ ਸੀ ਤਾਂ ਮੁੱਲ ਮੋੜ ਗਿਆ। ਹਾਂਜੀ, ਇਹ ਤਾਂ ਮੁੱਲ ਮੋੜ ਗਿਆ, 6 ਦਾ ਲਿਆਂਦਾ ਸੀ। ਅੱਛਾ ਜੀ, ਬਾਈ ਉਹਨਾਂ ਦੇ ਟਿੱਬੇ ਪੱਧਰ ਕਰਤੇ ਇਹਦੇ ਨਾ। ਅੱਛਾ ਅੱਛਾ, ਤੇ ਬਿਲਕੁਲ। ਸੋ ਇਹ ਬਾਈ ਇਹਦੇ ਸਾਨੂੰ ਟਾਇਰਾਂ ਟੂਰਾਂ ਬਾਰੇ ਵੀ ਜਾਣਕਾਰੀ ਦਿਓ, ਕਿਵੇਂ ਚੋੜੇ ਹੋ ਜਾਂਦੇ ਆ ਜਾਂ ਇਹਨਾਂ ਦਾ ਆਪਸੀ ਡਿਸਟੈਂਸ ਜਿਹੜਾ ਚਾਹੁੰਦੇ ਆ ਆਪਾਂ ਇਹਨੂੰ ਅੰਦਰ ਕਰਨੇ ਆ ਤਾਂ ਪਿੰਨਾ ਹੀ ਆ ਇਹ ਭਾਜੀ, ਹੋਰ ਕੁਝ ਨਹੀਂ ਹੈਗਾ। ਆਓ ਤੁਸੀਂ ਜੇ ਦੇਖੋਗੇ ਨਾ ਉਧਰਲੇ ਪਾਸੇ ਤੁਹਾਨੂੰ ਕੈਮਰੇ ਰਾਹੀਂ ਇਧਰ ਦਾ ਇਧਰਲੇ ਪਾਸੇ ਪੈਨ ਮਿਲਦੀ। ਹਾਂਜੀ ਹਾਂਜੀ ਹਾਂਜੀ, ਪਿੰਨਾ ਨੂੰ ਕੱਢ ਕੇ ਤੇ ਇਹਨੂੰ ਜੈਕ ਨੂੰ ਥੋੜਾ ਜਿਹਾ ਕਰਕੇ ਤਾਂ ਚੱਕ ਕੇ ਤੇ ਟਾਇਰ ਤੁਸੀਂ ਅੰਦਰ ਨੂੰ ਕਰ ਦਿਓ ਜਾਂ ਬਾਹਰ ਨੂੰ ਕੱਢ ਲਓ ਜਿੱਦਾਂ ਨੂੰ ਤੁਸੀਂ ਕਰਨਾ ਚਾਹੁੰਦੇ ਆ ਟਾਇਰ। ਅੱਛਾ ਜੀ, ਬਾਹਰ ਨੂੰ ਇਦਾਂ ਵੀ ਬਾਹਰ ਨਿਕਲੇ ਹੋਣਗੇ ਤਾਂ ਥੋੜਾ ਜਿਹਾ ਜ਼ੋਰ ਵੱਧ। ਤੇ ਐਵਰੇਜ ਕਿੰਨੀ ਕਾ ਭਾਜੀ, ਕਿੰਨਾ ਘੰਟੇ ਦਾ ਕਿੰਨਾ ਕੁ ਡੀਜ਼ਲ ਖਾਂਦਾ? ਭਾਜੀ ਡੀਜ਼ਲ ਤਾਂ ਮਤਲਬ ਖਾਂਦਾ ਨਹੀਂ, ਸੁੰਘਦਾ ਕਹਿ ਸਕਦੇ ਆ ਬਾਈ। ਹੁਣੀ ਕਹਿੰਦੇ ਜਿੱਦਣ ਲਿਆਂਦਾ ਸੀ ਟੈਂਕੀ ਭਰਾਤੀ, ਮੁੜ ਕੇ ਨਹੀਂ ਇਹਨੇ ਮੰਗਿਆ। ਅੱਛਾ, ਡੀਜ਼ਲ ਤਾਂ ਭਾਜੀ ਬਹੁਤ ਘੱਟ ਖਾਂਦਾ, ਭਾਵੇਂ ਜਿੰਨੀ ਮਰਜ਼ੀ ਰੇਸ ਤੇ ਇਹਨੂੰ ਬਾਈ ਚਲ। ਤੇ ਮੇਡ ਇਨ ਜਪਾਨ ਹੈ ਜੀ ਇਹ? ਹਾਂਜੀ। ਤੇ ਹੋਰ ਕੀ ਕੀ ਕੰਮ ਲੈਂਦੇ ਹੋ ਹੁਣ ਅੱਜ ਦੀ ਡੇਟ ਦੇ ਵਿੱਚ ਇਤੋਂ ਜੀ? ਇਹ ਤੋਂ ਜਿਵੇਂ ਹੁਣ ਗਲਾਸ ਹਾਊਸ ਦੇ ਵਿੱਚ ਜਿਹੜੇ ਪੱਤੇ ਪੁੱਤੇ ਕੱਟੀਦੇ ਆ ਜਾਂ ਪਲਾਂਟ ਕੱਟ ਕੇ ਲੈ ਕੇ ਆਈਦੇ ਆ, ਹਾਂਜੀ, ਉਹ ਟ੍ਰੇਲਰ ਮਗਰ ਪਾ ਕੇ ਤਾਂ ਉਹ ਕਰੀਦੇ ਆ, ਤੇ ਜਾਂ ਹੁਣ ਜਿਹੜੀ ਆਊਟਡੋਰ ਖੇਤੀ ਕਰਦੇ ਆ। ਹਾਂਜੀ, ਹੁਣ ਸਮਰ ਆ ਗਈ ਆ, ਸਮਰ ਦੇ ਵਿੱਚ ਆਪਾਂ ਨੂੰ ਸਾਰਾ ਵਾਹ ਕੇ ਇੱਥੇ ਹੁਣ ਆਊਟਡੋਰ ਖੇਤੀ ਕਰਨੀ ਹੈ। ਸੋ ਸਿਮਰ ਸਿੱਤੇ ਕਰਨੀ ਆ। ਸਿਮਰ ਬਾਈ ਇੱਥੇ ਫਾਰਮ ਹਾਊਸ ਜਿਹੜਾ ਦੇਖਦੇ ਆ, ਇਹਨਾਂ ਦਾ ਆਪਣਾ ਫਾਰਮ ਹਾਊਸ ਹੈ, ਗਲਾਸ ਹਾਊਸ ਇੱਥੇ ਹੁੰਦੇ ਜਿਵੇਂ ਸ਼ੀਸ਼ੇ ਦੇ ਕਹਿ ਸਕਦੇ ਜਿਹੜੇ, ਹੈ ਨਾ, ਅਤੇ ਉਹ ਉਹਦੇ ਵਿੱਚ ਟਮਾਟਰਾਂ ਦੀ ਖੇਤੀ ਕਰਦੇ ਆ, ਤੋਰੀਆਂ ਵੀ ਉਗਾਉਂਦੇ ਆ, ਅਤੇ ਉਸ ਖੇਤੀ ਦੇ ਲਈ ਇਹ ਟਰੈਕਟਰ ਰੱਖਿਆ ਹੋਇਆ ਬਾਈ ਜੀ ਹੋਰਾਂ ਨੇ। ਸਲੀ ਸਾਹਿਬ ਮੈਂ ਕਹਿੰਦਾ ਉਹ ਅੰਦਰ ਰੋਟੀ ਦਿਖਾ ਦਿਓ, ਰੋਟਾ ਵੇਟਰ ਜਿਹੜਾ। ਹਾਂ ਬਿਲਕੁਲ, ਉਹ ਵੀ ਬਾਈ ਮੈਂ ਦਿਖਾਉਂਦਾ, ਇੱਕ ਟਾਇਰਾਂ ਦੇ ਵਿੱਚ ਆਪਾਂ ਬੱਕਰੀ ਦੇਖਦੇ ਹਾਂ ਬਾਈ, ਇਹ ਮਤਲਬ ਕਿ ਵੇਟ ਪਾਇਆ ਹੋਇਆ। ਪਾਇਆ ਹੋਇਆ, ਹਾਂਜੀ। ਸੋ ਬਿਲਕੁਲ ਇਹ ਵੇਟ ਹੈਗਾ ਇਹ, ਤਾਂ ਇਸੇ ਤਰ੍ਹਾਂ
ਮੂਹਰਲੇ ਟਾਇਰਾਂ ਦੇ ਵਿੱਚ ਵੀ ਵੇਖਿਆ ਜਾ ਸਕਦਾ ਤੇ ਮੂਹਰੇ ਵੀ ਇਹ ਵੇਟ ਹੀ ਹੈ ਜੀ। ਤੁਸੀਂ ਇਹਨੂੰ ਵੇਟ ਵੀ ਕਹਿ ਸਕਦੇ ਬੇਸਿਕਲੀ ਭਾਜੀ ਥੱਲੇ ਨਾ ਆਪਣਾ ਘਾਹ ਕੱਟਣ ਨੂੰ ਵੀ ਪੈਂਦਾ, ਉਹ ਜਿਹੜਾ ਤੁਸੀਂ ਯੈਲੋ ਕਲਰ ਦਾ ਦੇਖਦੇ ਨਾ ਉੱਥੇ ਪਿਆ, ਹਾਂਜੀ ਹਾਂਜੀ ਹਾਂਜੀ, ਉਹਦੇ ਥੱਲੇ ਪਾ ਦਈਏ ਤਾਂ ਇਹ ਘਾਹ ਵੀ ਕੱਟਦਾ ਇਹ। ਅੱਛਾ, ਟਰਾਲੀ ਵੀ ਜੋੜਦੇ ਆ ਨਾਲ ਤੇ ਅਸੀਂ ਚਲਵਾ ਕੇ ਵੀ ਦਿਖਾਉਂਦੇ ਆ ਬਾਈ ਤੋਂ ਤੇ ਕਿਵੇਂ ਚੱਲਦਾ ਇਹ। ਤੇ ਇਹ ਰੋਟਾਵੇਟਰ ਹੈ ਜੀ, ਦੇਖੋ ਜੀ, ਬੱਲੇ ਬੱਲੇ ਬਹੁਤ ਵਧੀਆ ਬਾਈ, ਇਹ ਤਾਂ ਫਿਰ ਪੂਰਾ ਕੰਮ ਕਰਦਾ ਹੈ। ਅੱਜ ਦੀ ਡੇਟ ਦੇ ਵਿੱਚ ਬਾਈ ਜੀ ਇਹਦੀ ਕੀਮਤ ਕੀ ਹੋਊਗੀ? ਆਮ ਭਾਜੀ ਜੇ ਹੁਣ ਦੇਖਿਆ ਜਾਵੇ, ਮੈਂ ਇਹਦੇ ਨਾਲ ਦਾ ਆਪਣੇ ਇੱਥੇ ਇੱਕ ਕੰਪਨੀ ਦੇ ਵਿੱਚ ਜਿਹੜੀ ਕੰਪਨੀ ਪਾਰਟ ਵਗੈਰਾ ਸਪਲਾਈ ਕਰਦੀ ਹੈ ਨਾ, ਹਾਂਜੀ, ਜਿਹੜੀ ਏਜੰਸੀ ਆ ਕੰਬੋਟਾ ਦੀ, ਤੇ ਉੱਥੇ ਮੈਂ ਦੇਖ ਕੇ ਆਇਆ ਸੀ ਇਹਦੇ ਨਾਲ ਦਾ, ਇਦੋਂ ਵੀ ਥੋੜਾ ਪੁਰਾਣੀ ਹਾਲਤ ਦੇ ਵਿੱਚ ਸੀ ਉਹ, ਤੇ ਉਹ $9,000 ਦਾ ਉਹਨਾਂ ਨੇ ਵੇਚਣਾ ਪਾਇਆ ਹੋਇਆ ਸੀ। ਅੱਛਾ ਜੀ, ਹਾਂਜੀ, ਵਾਹ ਜੀ ਵਾਹ, ਤੇ ਇਹਦਾ ਲੋਹਾ ਬਹੁਤ ਵਧੀਆ ਬਾਈ ਹੈ, ਲੋਹੇ ਨੂੰ ਕਿਸੇ ਤਰ੍ਹਾਂ ਦਾ ਕੋਈ ਜੰਗ ਨਹੀਂ ਜਾਂ ਕੁਝ ਚਲਦੀਆਂ ਦੇ ਵਿੱਚ ਹੁਣ ਤੱਕ, ਹਨਾ? ਹਾਂਜੀ, ਖੜਾ ਵੀ ਬਾਹਰ ਹੀ ਰਹਿੰਦਾ। ਹਾਂ ਹਾਂਜੀ, ਕੱਢੋ ਬਾਈ ਗੇੜਾ, ਬੈਟਰੀ ਕਿੱਥੇ ਪਈ ਹੈ ਬਾਈ ਦੀ? ਬੈਟਰੀ ਪਈ ਹੈ ਇੱਧਰ ਪਈ ਹੈ। ਅੱਛਾ ਠੀਕ ਹੈ ਜੀ, ਹਾਂਜੀ, ਲੋ ਜੀ ਡੀਜ਼ਲ ਤੇ ਆ ਪਰ ਧੂੰਆਂ ਵੀ ਨਹੀਂ ਮਾਰਦਾ। ਵਾਹ ਜੀ ਵਾਹ, ਬ੍ਰੇਕ ਲਾ ਕੇ ਲਓ ਜੀ, ਕਬੋਟਾ ਧੂੜਾ ਪੱਟਦਾ ਜਾਂਦਾ, ਗੱਭਰੂ ਨੇ ਮਾਰਿਆ ਪਹਿਲਾ ਗੇਅਰ ਤੇ। ਸਹੀ ਗੱਲ ਹੈ ਬਿੱਟੂ ਭਾਈ, ਅੱਧੇ ਉਹ ਵੱਧਦਾ ਜ਼ਮੀਨ ਟਾਇਰਾਂ ਨਾਲ ਹੀ ਬਾਹਰ ਦਾ ਤਰੀਕਾ। ਵਾਹ ਜੀ ਵਾਹ, ਆ ਪੱਟਦਾ ਧੂੜਾ ਕਬੋਟਾ, ਧੂੜਾ ਪੱਟੀ ਜਾਂਦਾ। ਵਾਹ ਜੀ ਵਾਹ, ਬਹੁਤ ਕਮਾਲ, ਇਹਦੇ ਨਾਲ ਮਤਲਬ ਕਿ ਤੁਸੀਂ ਬਾਈ ਇਹ ਤਾਂ ਖੇਡਣ ਖੜਾਉਣਾ ਵੀ ਹੈ। ਬਿਲਕੁਲ, ਆ ਦੇਖੋ ਜੀ ਇਹਨੂੰ, ਹੁਣ ਮੈਂ ਕਹਿੰਦਾ ਇੱਕ ਵਾਰ ਬਾਈ ਕਬੱਡੀ ਵਾਲੇ ਸਟਾਈਲ ਦੇ ਵਿੱਚ ਪੇਸ਼ ਕੀਤਾ ਜਾਵੇ ਬਿੱਟੂ ਭਾਈ। ਧੂੜਾ ਪੱਟੀ ਜਾਂਦੇ ਨੇ ਜਿਹਨਾਂ ਦੁੱਧ ਮਾਵਾਂ ਦਾ ਪੀਤਾ ਹੈ। ਸੋ ਬਿਲਕੁਲ ਬਾਈ, ਇਹਦੇ ਤਾਂ ਪੈਰੀ ਹੱਥ ਲਾਉਣੇ ਬਣਦੇ ਆ ਜਦੋਂ ਤੁਸੀਂ ਚੜ੍ਹਦੇ ਹੋ ਤਾਂ ਟੈਰੀ ਹੱਥ। ਹਲੀ ਸਾਹਿਬ ਬਾਈ, ਉਹਨਾਂ ਦੇ ਇੱਥੇ ਫਾਰਮ ਹਾਊਸ ਦਾ ਇੱਕ ਹੋਰ ਨਜ਼ਾਰਾ ਵੇਖੋ, ਸਾਹਮਣੇ ਦੇਖੋ ਉੱਚੇ ਉੱਚੇ ਥਾਵਾਂ, ਆਲੇ ਦੁਆਲੇ ਪਹਾੜ, ਦਰਸ਼ਨੀ ਜਿਹੜਾ ਆਲਾ ਦੁਆਲਾ ਇੱਥੇ ਹੈ ਨਾ, ਬਾਕੀ ਜੀ ਲੱਗਦਾ ਬਾਈ, ਜੀ ਲੱਗ ਜਾਂਦਾ ਇਕੱਲਿਆਂ ਦਾ, ਕਿੰਨੇ ਕੁ ਪੰਜਾਬੀ ਭਰਾ ਨੇ ਇੱਥੇ ਆਲੇ ਦੁਆਲੇ ਤੁਹਾਡੇ ਨੇੜੇ? ਕੋਈ ਨੀ ਭਾਜੀ, ਆਪਣੇ ਆਲੇ ਦਾ ਕੋਰੀਅਨ ਹੈ। ਅੱਛਾ, ਉਹ ਨਾਲ ਉਧਰ ਵੀ ਕੋਰੀਅਨ ਹੈ। ਅੱਛਾ, ਤੇ ਇੱਕ ਚੰਗੀ ਗੱਲ ਕਹਿ ਲਓ ਜਾਂ ਚੰਗੀ ਤਾਂ ਕੀ ਕਹਿ ਸਕਦੇ, ਖੈਰ ਇੰਗਲਿਸ਼ ਦੋਨਾਂ ਨੂੰ ਨਹੀਂ ਆਉਂਦੀ। ਅੱਛਾ, ਹਿਸਾਬ ਦੀ ਆ ਤੇ ਬਾਈ ਗੱਲ ਆਪਾਂ ਮਾਰ ਨਹੀਂ ਸਕਦੇ। ਅੱਛਾ, ਹੈਨਾ, ਤੇ ਇਦਾਂ ਆ ਭਾਜੀ ਵੀ ਇਹ ਏਰੀਏ ਜਿਹੜੇ ਨਾ ਪੀਸਫੁਲੀ ਵਾਲੇ ਜਾਂਦੇ। ਹਾਂ ਬਿਲਕੁਲ ਬਿਲਕੁਲ ਬਾਈ, ਹਾਂਜੀ, ਐਨਾ ਸ਼ਾਂਤੀ ਵਾਲਾ ਏਰੀਆ, ਤੁਸੀਂ ਆਪ ਦਾ ਕੰਮ ਕਰੋ, ਕੰਮ ਕਰਕੇ ਤੇ ਤੁਸੀਂ ਆਪ ਦਾ ਇੰਜੋਇਮੈਂਟ ਕਰੋ, ਉੱਥੇ ਬਹਿ ਜਾਓ ਤੁਸੀਂ ਆਪ ਦਾ, ਮਤਲਬ ਬਹੁਤ ਬਹੁਤ ਨਿਆਰੇ ਕੰਮ ਨਾਲੇ ਘਰ, ਹੈਨਾ? ਹਾਂਜੀ, ਸੋ ਧੰਨਵਾਦ ਬਾਈ ਜੀ ਤੁਹਾਡਾ, ਬਹੁਤ ਧੰਨਵਾਦ।